ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੜਾ ਸੇਲ ਲਈ ਲੈ ਕੇ ਆਏ ਜੀ ਆਓ ਪੁੱਛਦੇ ਹਾਂ ਵੀਰ ਤੈਨਾਂ ਦੀ ਕੱਲੀ ਕੱਲੀ ਡਿਟੇਲ ਆਜੋ ਵੀਰ ਜੀ ਵੀ ਇਹ ਹਸਿਕਾਲ ਫਰੀ ਕਾਲ ਬਾਈ ਜੀ ਵੀਰੇ ਨਾਮ ਤੇ ਐਡਰੈਸ ਬੋਲ ਦਿਓ ਨਾਮ ਬਲਵੀਰ ਸਿੰਘ ਜੀ ਪਿੰਡ ਸੰਦੋ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਮੋਬਾਈਲ ਨੰਬਰ ਬੋਲ ਦਿਓ 8427603945 8427403945 03945 ਇਹ ਵੀਰ ਦਾ ਕੰਟੈਕਟ ਨੰਬਰ ਆ ਹੀ ਬਾਕੀ ਸਕਰੀਨ ਉੱਪਰ ਆ ਰਿਹਾ ਜੀ ਪਿੰਡ ਸੰਧੂ ਕਲਾਂ ਜੀ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਜੀ ਆਪਣੇ ਆਪਣੇ ਨਾਣੇਵਾਲ ਨੇੜੇ ਆ ਹੀ ਸਹਿਣਾ ਵੀ ਨੇੜੇ ਆ ਭਧੌੜ ਵੀ ਨੇੜੇ ਆ ਜੀ ਠੀਕ ਹੈ ਜੀ ਅੱਤਾਪਾ ਰੋਡ ਤੇ ਪੈ ਜਾਂਦਾ ਆ ਭਧੌੜ ਤੋਂ ਅੱਤਾਪਾ ਰੋਡ ਨੂੰ ਜਾਣਾ ਹੋਵੇ ਹਨਾ ਜੀ ਠੀਕ ਹੈ ਵੀਰ ਤੇ ਜਿਹੜੀ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਵਹਿੜ ਦੇਖਦੇ ਆ ਕਿਹੜਾ ਸੂਆ ਸੂਈ ਵੀ ਹੈ ਇਹ ਪਹਿਲਾ ਸੂਆ ਸੂਈ ਵੀ ਆ ਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਸੂਈ 2 ਮਹੀਨੇ ਸੂਈ ਨੂੰ ਹੋਗੇ ਏ ਆ ਮਨ ਲਓ 20 21 ਤੇ 22 ਤਿੰਨ ਦਿਨ ਇਹਦੀ ਏ ਆਈ ਹੋਈ ਠੀਕ ਹੈ ਜੀ ਤਿੰਨ ਦਿਨ ਕਰਾਈ ਆ ਤੇ ਕਿੰਨਾ ਕੁ ਦੁੱਧ ਤਿਆਰ ਆ ਜੀ ਦੁੱਧ 10 ਕਿਲੋ ਤਿਆਰ ਆ ਜੀ ਬੱਚਾ ਹੈਗੇ ਜੀ ਬੱਚਾ ਹੈ ਨਹੀਂ ਜੀ ਬੱਚਾ ਮਰ ਗਿਆ ਸੀ ਸਾਡੇ ਸੀ ਮਾੜੀ ਤੋਰ ਕੇ ਦਿਖਾ ਦੋ ਕੱਦ ਕਾ ਠੀਕ ਹੈ ਜੀ ਬਰੀਡ ਵਗੈਰਾ ਚੰਗੀ ਆ ਗਰਮੀ ਚ ਕੰਮ ਜਾ ਆਪਾਂ ਗਰਮੀ ਗਰਮੀ ਘੱਟ ਮੰਦੀ ਥੋੜਾ ਜਰਸੀ ਨਾਲ ਕਰਾਓ ਜੀ ਇਹ ਤੇ ਕੱਦ ਕਾਠ ਬਹੁਤ ਚੰਗਾ ਆਰਡਰ ਦੀ ਕੁਆਲਿਟੀ ਤੁਸੀਂ ਖੁਦ ਚੈੱਕ ਕਰ ਲਓ ਚਾਰੇ ਥਾਂ ਨਿਕੜਵੇਂ ਪੂਰੇ ਗਏ ਉਹ ਤੇ ਮੋੜ ਲਿਓ ਜੀ ਕੋਈ ਨਹੀਂ ਮੋੜ ਗਿਆ ਤੇ ਚੰਗੀ ਆ ਬੈੜ ਜੀ ਠੰਡੀ ਸੀਲ ਚ ਬਾਈ ਨੂੰ ਬਥੇ ਠੀਕ ਆਪਣੇ ਘਰ ਦੇ ਹੀ ਚਾਉਂਦੇ ਆ ਕੁੜੀ ਆਪਾਂ ਨੂੰ ਤਾਂ ਚਾਉਣੇ ਨਹੀਂ ਆਉਂਦੀ ਬਾਈ ਤਾਰ ਠੀਕ ਹੈ ਵੀਰੇ ਠੀਕ 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 ਥਣ ਵਗੈਰਾ ਨੇੜੇ ਤੋਂ ਚੈੱਕ ਕਰਵਾਣਿਆਂ ਦੇ ਸਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਜੀ ਕਰਦ ਕਾਠ ਚੰਗਾ ਬਰੀਟ ਵਗੈਰਾ ਚੰਗੀ ਆ ਤੇ ਰੇਟ ਦੀ ਗੱਲ ਕਰੀਏ ਕੀ ਰੇਟ ਰੱਖਿਆ ਜੀ ਇਹਦਾ ਇਹਦਾ 22000 ਜੀ 22000 ਰੁਪਏ ਮਾਨਤਨ ਕਰ ਦੋਗੇ ਵੀ ਜ਼ਰੂਰ ਜੀ ਮਾਨਤਨ ਕਰ ਦਿਆਂਗੇ ਬਾਈ 22000 ਰੁਪਏ ਵੀ ਮੈਂ ਰੇਟ ਰੱਖਿਆ ਜੀ ਬਾਕੀ ਮਾਨਤਨ ਜ਼ਰੂਰ ਹੋਰ ਵੀ ਗੱਲ ਆ ਰੇਟ ਵੀ ਮਈਆਂ ਚ ਲੱਗਦਾ ਇਹਦਾ ਦੁੱਧ ਠੀਕ ਹੈ ਵੀਰੇ ਫੈਂਟ ਬਹੁਤ ਆਉਂਦੀ ਹੋਣਾ ਹਾਂ ਇਹਦੀ ਫੈਂਟ 6 5.5 6 ਆਏ ਆਉਂਦੀ ਠੀਕ ਹੈ ਜੀ ਅੱਗੇ ਦੋ ਨੰਬਰ ਤੇ ਇਹ 7 ਮਹੀਨਿਆਂ ਦੇ ਗੱਭ ਹੋ ਗਈ ਜੀ 7 ਮਹੀਨੇ ਦੀ ਗੱਭਣਾ ਕਿਹੜਾ ਸੂਆ ਸੂਗੀ ਹੁਣ ਇਹ ਦੂਜਾ ਸੂਗੀ ਜੀ ਪਹਿਲੇ ਹੀ ਸੂਈ ਵੀ ਅੱਛਾ ਪਹਿਲੇ ਹੀ ਸੂਈ ਵੀ ਹੁਣ ਦੂਜਾ ਸੂਣਾ ਹੈ ਹਾਂਜੀ ਇਹ ਉਹਦੋ ਬਿਮਾਰੀ ਦੇ ਕਾਰਨ ਦੋਤੋਂ ਹਟ ਗਈ ਸੀਗੀ ਅੱਛਾ ਜੀ ਉਸ ਤੋਂ ਬਾਅਦ ਇਹ ਗੱਭ ਰਹਿ ਗਈ ਪਹਿਲੇ ਸੂਏ 24 ਕਿਲੋ ਦੁੱਧ ਕੱਢਾ ਹੋਇਆ ਦਾ 24 ਕਿਲੋ ਪਹਿਲੇ ਸੂਏ ਹੈ ਨਾ ਠੀਕ ਹੈ ਚੰਗੀ ਆ ਬੈੜ ਹੈ ਨਾ ਪੂਰੀ ਚੰਗੀ ਹੈ ਜੀ ਬੀਡ ਬੀਡ ਬਹੁਤ ਚੰਗੀ ਆ ਤੇ ਖੋਲ੍ਹ ਲੋ ਤੋਰ ਕੇ ਦਿਖਾ ਦੀ ਤੇ ਕਿਹੜੇ ਟੀਕੇ ਤੋਂ ਗੱਭਣਾ ਪਤਾ ਕੁਝ ਜੀ ਨਹੀਂ ਗੱਭਣ ਦਾ ਨਹੀਂ ਪਤਾ ਜੀ ਹੂੰ ਭਰਾਇਆ ਐਚ ਐਫ ਦਈਆ ਠੀਕ ਹੈ ਜੀ ਠੀਕ 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 ਤੇ ਕਦ ਕਾਠ ਇਹਦਾ ਬਹੁਤ ਚੰਗਾ ਜੀ ਫੇਸ ਕੁਆਲਿਟੀ ਚੈੱਕ ਕਰ ਲਓ ਬਰੀਟ ਵਗੈਰਾ ਟਾਪ ਦੀ ਆ ਦੁੱਧ ਬਹੁਤ ਚੰਗਾ ਪਾਇਆ ਇਹਨੇ ਪਹਿਲੇ ਸੂਏ ਹੁਣ ਦੂਜਾ ਸੂਆ ਸੌਂਦੀ ਆ ਜੀ ਗੱਭਣਾ 7 ਮਹੀਨਿਆਂ ਦੀ ਜੀ ਸਾਝੇ 7 ਮਹੀਨਿਆਂ ਤੋਂ ਉੱਤੇ ਹੋ ਗਈ ਜੀ ਇਹ ਠੀਕ ਹੈ ਜੀ 7 ਤੋਂ ਪੁਰਾ ਉੱਤੇ ਹੀ ਹੋ ਗਈ ਉੱਤੇ ਹੀ ਹੋ ਗਈ ਜੀ 5 ਦਿਨਾਂ ਇਹ ਤੇ ਬਾਲਟਾਂ ਬਹੁਤ ਨੇ ਲੇਵੇ ਦੇ ਵਿੱਚ ਅਜੇ 7 ਮਹੀਨਿਆਂ ਦੀ ਗੱਬਣਾ ਅਡਰ ਨੇ ਤਿਆਰ ਕਰਨਾ ਹਜੇ ਸ਼ੁਰੂ ਨਹੀਂ ਕਰਿਆ ਥਣਾ ਥੁਣਾ ਦੀ ਕਿਵੇਂ ਆ ਜੀ ਥਣਾ ਦੀ ਜਮਾ ਓਕੇ ਸੁੰਦੇ ਤੇ ਗਾਰੰਟੀ ਹੈ ਜੀ ਆਪਣੀ ਠੀਕ ਹੈ ਜੀ ਥਣਾ ਥੁਣਾ ਦੀ ਓਕੇ ਹੈ ਜੀ ਤੇ ਚਾਰੇ ਥਣ ਨਿਖੜਵੇਂ ਪੂਰੇ ਗੈਪ ਤੇ ਚੰਗਾ ਲਾਹੂਗੀ ਬਲਟਾਂ ਬਹੁਤ ਚੰਗੀਆਂ ਨੇ ਕੱਦਗਾੜ ਵੀ ਬਹੁਤ ਚੰਗਾ ਜੀ ਜੇ ਕਿਸੇ ਵੀਰ ਨੂੰ ਦੋਵੇਂ ਬੈਣਾ ਚ ਕੋਈ ਬੜ ਪਸੰਦ ਆਈ ਹੋਵੇ ਤਾਂ ਉਹ ਆ ਕੇ ਆਪਣੀ ਪੂਰੀ ਤਸੱਲੀ ਕਰਕੇ ਵਾੜ ਨੂੰ ਖਰੀਦ ਸਕਦਾ ਜੀ ਤੇ ਰੇਟ ਇਹਦਾ ਕੀ ਰੱਖਿਆ ਸਤਿ ਇਹਦਾ 35000 ਹਾਂ ਤੇ ਨਾ ਹੀ ਹੈ ਜੀ 35000 ਰੁਪਿਆ ਹਾਂ ਨਾ ਹੀ ਹੈ ਹਾਂ ਨਾ ਹੀ ਹੈ ਬਸ ਠੀਕ ਹੈ ਚੰਗੀ ਜੀ ਜੇ ਕੋਈ ਬਾਈਪਲ ਚਾਟ ਕਰਨ ਵਾਲਾ ਖੁਸ਼ੀ ਫੋਨ ਕਰੇ ਠੀਕ ਹੈ ਵੀਰੇ ਤੇ ਮੋਬਾਈਲ ਨੰਬਰ ਇੱਕ ਅੰਕ ਹੋਰ ਬੋਲ 84274 ਜੀ ਠੀਕ ਹੈ ਜੀ 03945 ਇਹ ਵੀਰ ਦਾ ਕੰਟੈਕਟ ਨੰਬਰ ਇਹਨੂੰ ਵੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜੀ 40000 ਨੂੰ ਵਾੜ ਕੋਈ ਦਿੰਦਾ ਨਹੀਂਗਾ ਜੀ ਐਡੀ ਅੱਛਾ ਹਾਂ ਜੀ ਠੀਕ ਹੈ ਜੀ ਉਹ ਵਹੜੂ ਥੋੜੀ ਜਿਹੀ ਫਿੱਕੀ ਰਹੇਗੀ ਉਦੋਂ ਬੱਚਾ ਮਰਨੇ ਹੇਰਵਾਜਾ ਗੋਲਾ ਕਰਗੀ ਹੂੰ ਹੂੰ ਤਾਂ ਕਰਕਣ ਖਾਦਾ ਹੀ ਨਹੀਂ ਖਾਛੇਦੇ ਨੇ ਕੁਛ ਠੀਕ ਹੈ ਜੀ ਹੁਣ ਦੁਬਾਰੇ ਦੁੱਧ ਤੇ ਚੱਲੀ ਆਗੀ ਜਮਾ ਸੁੱਕ ਕੇ ਠੀਕ ਹੈ ਜੀ